ਸਵਾਗਤ ਹੈ ਕਿਸਾਨ ਵੀਰੋ YouTube ਚੈਨਲ ਪੰਜਾਬ ਡੈਰੀ ਫਾਰਮਿੰਗ ਦੇ ਵਿੱਚ ਅੱਜ ਦੀ ਵੀਡੀਓ ਬਣਾਵਾਂਗੇ ਐਚ ਆਰ ਡੀ ਬੀ ਸੀਮਨ ਸਟੇਸ਼ਨ ਦੇ ਬਾਰੇ ਜਿਹੜੇ ਨਵੇਂ ਝੋਟੇ ਆ ਜਿਨ੍ਹਾਂ ਬਾਰੇ ਲੋਕਾਂ ਨੂੰ ਹਜੇ ਜ਼ਿਆਦਾਤਰ ਨਹੀਂ ਪਤਾਗਾ ਕਿਉਂਕਿ ਜਿਹੜੇ ਫੇਮਸ ਝੋਟੇ ਉਹਨਾਂ ਬਾਰੇ ਤਾਂ ਸਾਰੇ ਲੋਕ ਜਾਣਦੇ ਆ ਪਰ ਕੁਝ ਉਹ ਝੋਟੇ ਆ ਜਿਹੜੇ ਲੋਕੇ ਛਿਪੇ ਆ ਜਿਨ੍ਹਾਂ ਦੇ ਰਿਕਾਰਡ ਬਾਰੇ ਨਹੀਂ ਪਤਾ ਤੇ ਨਾ ਹੀ ਆਮ ਪਸ਼ੂ ਪਾਲਕਾਂ ਨੂੰ ਪਤਾ ਕਿ ਇਹ ਵੀ ਝੋਟੇ ਐ ਚ ਆਰ ਡੀ ਬੀ ਦੇ ਵਿੱਚ ਹੈਗੇ ਆ ਤੇ ਕਹਿਨ ਦਾ ਭਾਵ ਆਪਾਂ ਐਲ ਡੀ ਬੀ ਦੀ ਨਵੀਂ ਸਾਈਡ ਡਾਇਰੈਕਟਰੀ ਦੇ ਕੁਝ ਬੋਲ ਲਏ ਆ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਇਹ ਤੋਂ ਅੱਗੇ ਵੀ ਜਿਹੜੇ ਹੋਰ ਝੋਟੇ ਹੋਣਗੇ ਉਹਨਾਂ ਤੇ ਵੀ ਵੀਡੀਓ ਕਵਰ ਕਰ ਲਾਂਗੇ ਸਭ ਤੋਂ ਪਹਿਲੇ ਨੰਬਰ ਤੇ ਆਪਣੇ ਕੋਲੇ ਬੋਲ ਆ ਜਾਂਦਾ 314269 ਡੇਟ ਆਫ ਬਰਥ ਹੈਗੀ ਇਹਦੀ 7 ਤਰੀਕ 8ਵਾਂ ਮਹੀਨਾ 2011 ਮਾਂ ਦਾ ਦੁੱਧ 4568 ਕਿਲੋ ਐਲ ਡੀ ਬੀ ਸੀਮਨ ਸਟੇਸ਼ਨ ਬੋਲ ਨੰਬਰ 2 ਆਉਂਦਾ ਆਪਣੇ ਕੋਲੇ 312634 ਇਹਦੀ ਆਈ ਡੀ ਆ ਇਦੀ ਮਾਂ ਦਾ ਦੁੱਧ ਹੈਗਾ 4614 ਕਿਲੋ ਇਹ ਵੀ ਐਚਐਲਡੀਵੀ ਸੀਮਨ ਸਟੇਸ਼ਨ ਦੇ ਵਿੱਚ ਤੇ ਇਸ ਛੋਟੇ ਦੀ ਡੇਟ ਆਫ ਬਰਥ ਹੈਗੀ ਆ 5 ਤਰੀਕ 12ਵਾਂ ਮਹੀਨਾ 2010 ਬਾਲ ਨੰਬਰ 3 ਆ ਜਾਂਦਾ ਜੀ ਆਪਣੇ ਕੋਲੇ 216693 ਤੇ ਪ੍ਰੋਜਨਿਟੀ ਟੈਸਟ ਪ੍ਰੋਗਰਾਮ ਦੇ ਵਿੱਚ ਆ ਭਵਾਨੀ ਚ ਹਸਾਰ ਐਚਐਲਡੀਵੀ ਸੀਮਨ ਸਟੇਸ਼ਨ ਕੋਲੇ ਇਹਦੀ ਡੇਟ ਆਫ ਬਰਥ ਹੈਗੀ ਆ 8 9 2017 ਇਹਦੀ ਮਾਂ ਦਾ ਦੁੱਧ ਹੈਗਾ ਵਾ 3760 ਕਿਲੋ ਇਹ ਜਿੰਨੇ ਝੋਟਿਆਂ ਬਾਰੇ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਰਹੇ ਹਾਂ ਇਹ ਉਹ ਝੋਟੇ ਆ ਜਿਨ੍ਹਾਂ ਦਾ ਸੀਮਨ ਇਸ ਟਾਈਮ ਐ ਚਲਡੀਬੀ ਬਣਾ ਰਹੀ ਹੈ ਇਸ ਤੋਂ ਅੱਗੇ ਬਹੁਤ ਸੋਹਣਾ ਬੋਲ ਆਪਣੇ ਕੋਲੇ 075557 ਇਹ ਵੀ ਪ੍ਰੋਜੈਨੀ ਟੈਸਟ ਪ੍ਰੋਗਰਾਮ ਚ ਪਾਇਆ ਹੋਇਆ ਇਹਦੀ ਤਾਰੀਖ ਹੈਗੀ ਆ 3 ਤਰੀਕ ਅੱਠਵਾਂ ਮਹੀਨਾ 2017 ਇਹਦੀ ਮਾਂ ਦਾ ਦੁੱਧ 3626 ਕਿਲੋ ਪੂਰੇ ਸੂਏ ਦਾ ਇਹ ਛੋਟੇ ਦਾ ਪਿਓ ਹੈਗਾ 70577 HLDV ਦਾ ਬਹੁਤ ਫੇਮਸ ਛੋਟਾ ਤੇ ਇਸ ਟਾਈਮ ਵੀ ਜਿਹਦੀ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਹੈ ਫੀਲਡ ਦੇ ਵਿੱਚ ਇਸ ਤੋਂ ਅਗਲਾ ਬੋਲ ਆ ਜਾਂਦਾ ਜੀ ਆਪਣੇ ਕੋਲੇ 076868 ਇਹ ਵੀ ਪ੍ਰੋਜੈਕਟ ਟੈਸਟ ਪ੍ਰੋਗਰਾਮ ਚ ਪਾਇਆ ਹੋਇਆ ਸਰਕਾਰ ਵੱਲੋਂ ਇਹਦੀ ਮਾਣ ਦਾ ਦੁੱਧ 3973 ਕਿਲੋ ਪਿਓਏ ਦਾ PC 1077 ਇਹ ਵੀ HRDV ਸੀਮਨ ਸਟੇਸ਼ਨ ਦੇ ਵਿੱਚ ਸੀਮਨ ਦੇ ਰਿਹਾ ਇਸ ਟਾਈਮ ਇਸ ਤੋਂ ਬਾਅਦ ਆਪਣੇ ਕੋਲੇ ਸਭ ਤੋਂ ਵੱਧ ਰਿਕਾਰਡ ਵਾਲਾ ਬੋਲਾ ਹੁੰਦਾ ਇਸ ਟਾਈਮ ਅੱਜ ਦੀ ਵੀਡੀਓ ਦਾ ਮਾਂ ਦਾ ਦੁੱਧ ਹੈਗਾ ਇਹਦੀ ਦਾ 5396 ਕਿਲੋ ਬੋਲ ਦੀ ਆਈਡੀ ਹੈਗੀ ਹੈ 144034 ਇਹ ਵੀ ਪ੍ਰੋਜੈਨਿ ਟੈਸਟ ਪ੍ਰੋਗਰਾਮ ਚ ਪਾਇਆ ਹੋਇਆ ਹੈ ਇਹਦਾ ਪਿਓ ਐਸ ਏ ਜੀ ਦਾ ਝੋਟਾ ਸੀਗਾ ਬੀ ਐਮ 243 ਉਹਦਾ ਪੁੱਤਰ ਆ ਇਹ ਬਾਕੀ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਜਾਣਕਾਰੀ ਜੇ ਚੰਗੀ ਲੱਗੀ ਜਾਂ ਹੋਰ ਝੋਟਿਆਂ ਦੀ ਵੀਡੀਓ ਤੁਸੀਂ ਦੇਖਣੀ ਚਾਹੁੰਦੇ ਹੋ ਐਚ ਆਰ ਡੀ ਵੀ ਦੇ ਜਿਵੇਂ ਅੱਜ ਬਣਾਈ ਆਪਾਂ ਅੱਜ ਤਾਂ 5-6 ਝੋਟੇ ਲਏ ਆ ਤੇ ਜੇ ਕਮੈਂਟ ਕਰੋਗੇ ਤਾਂ ਆਪਾਂ ਹੋਰ ਵੀ ਅੱਗੇ ਜਿਹੜੇ ਝੋਟੇ ਰਹਿੰਦੇ ਆ ਉਹਨਾਂ ਦੀ ਵੀਡੀਓ ਬਣਾ ਕੇ ਅਪਲੋਡ ਕਰ ਦਾਂਗੇ ਤਾਂ ਕਿ ਕਿਸਾਨ ਵੀਰਾਂ ਨੂੰ ਹੋਰ ਜਿਹੜੇ ਝੋਟੇ ਲੋਕੇ ਛੁਪੇ ਇਦਾਂ ਦੇ ਉਹਨਾਂ ਬਾਰੇ ਪਤਾ ਲੱਗ ਸਕੇ ਵੀਡੀਓ ਵਧੀਆ ਲੱਗੀ ਤਾਂ ਹੋਰ ਕਿਸਾਨ ਵੀਰਾਂ ਨਾਲ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ